ਤੇ ਜ਼ਿਕਰ ਨਿਊਜ਼ 18 ਪੰਜਾਬ ਦੀ ਮੁਹਿੰਮ ਦਾ। ਮੌਨਸੂਨ ਦਾ ਮੌਸਮ ਹੈ ਤੇ ਜਾਣਕਾਰਾਂ ਮੁਤਾਬਕ ਬੂਟੇ ਲਾਉਣ ਲਈ ਬਰਸਾਤ ਦਾ ਮੌਸਮ ਸਭ ਤੋਂ ਬਿਹਤਰ ਮੌਸਮ ਹੈ। ਇਸ ਲਈ ਨਿਊਜ਼ 18 ਪੰਜਾਬ ਨੇ ਇਹ ਮੁਹਿੰਮ ਸ਼ੁਰੂ ਕੀਤੀ ਹੋਈ ਹੈ ਕਿਉਂਕਿ ਹਰ ਇੱਕ ਰੁੱਖ ਲਾਉਣ ਦੇ ਨਾਲ ਫਰਕ ਤਾਂ ਪੈਂਦਾ ਹੈ। ਤੁਸੀਂ ਵੀ ਸਾਡੀ ਇਸ ਮੁਹਿੰਮ ਦਾ ਹਿੱਸਾ ਬਣੋ, ਰੁੱਖ ਲਗਾਉਂਦੇ ਹੋਏ ਵੀਡੀਓ ਬਣਾਓ ਤੇ ਸਕਰੀਨ 'ਤੇ ਆ ਰਹੇ ਵਟਸਐਪ ਨੰਬਰ 'ਤੇ ਸੈਂਡ ਕਰੋ। ਵੀਡੀਓ ਬਣਾਉਂਦੇ ਸਮੇਂ ਆਪਣੇ ਫੇਵਰੇਟ ਸ਼ੋ ਫਰਕ ਤਾਂ ਪੈਂਦਾ ਹੈ ਦੀ ਲਾਈਨ ਵੀ ਤੁਹਾਨੂੰ ਬੋਲਣੀ ਹੋਏਗੀ। ਅਸੀਂ ਤੁਹਾਡਾ ਉਹ ਵੀਡੀਓ ਇਸ ਸ਼ੋਅ ਦੇ ਵਿੱਚ ਦਿਖਾਵਾਂਗੇ ਕਿ ਹਰ ਇੱਕ ਰੁੱਖ ਨਾਲ ਫਰਕ ਤਾਂ ਪੈਂਦਾ ਹੈ। ਜਿਹੜੀਆਂ ਵੀਡੀਓਜ਼ ਅਸੀਂ ਦਿਖਾ ਰਹੇ ਹਾਂ ਇਹ ਉਹ ਲੋਕ ਨੇ ਜਿਨ੍ਹਾਂ ਨੇ ਸਾਨੂੰ ਪੇੜ ਲਾਉਂਦੇ ਹੋਏ ਆਪਣੀਆਂ ਵੀਡੀਓ ਭੇਜੀਆਂ ਨੇ। ਬਿੱਟੂ ਸੈਣੀ ਨੇ ਸਾਹਨੇਵਾਲ ਤੋਂ, ਬੂਟਾ ਸਿੰਘ ਪੱਖੋਵਾਲ ਬਰਨਾਲਾ, ਕੁਲਵੰਤ ਕੌਰ ਪਿੰਡ ਪਾਪਰਾ, ਸ਼ਹੀਦ ਭਗਤ ਸਿੰਘ ਨਗਰ, ਇੰਦਰਜੀਤ ਸਿੰਘ ਲੁਧਿਆਣਾ, ਮਲਕੀਤ ਸਿੰਘ ਚੰਡੀਗੜ੍ਹ, ਸ਼ਮਸ਼ੇਰ ਸਿੰਘ ਮੋਗਾ, ਆਇਸ਼ਬੀਰ ਸਿੰਘ ਜੰਡਿਆਲਾ ਗੁਰੂ ਅੰਮ੍ਰਿਤਸਰ, ਜਸਕਰਨ ਸਿੰਘ ਲੱਖੇਵਾਲੀ ਸ਼੍ਰੀ ਮੁਕਤਸਰ ਸਾਹਿਬ, ਖੁੱਡਾ ਜੱਸੂ ਚੰਡੀਗੜ੍ਹ, ਰਾਮ ਕੁਮਾਰ ਬਰਨਾਲਾ, ਹਰਦੀਪ ਸਿੰਘ ਪਟਿਆਲਾ, ਰਾਜਵੀਰ ਗਿੱਲ ਤਰਨ ਤਾਰਨ ਆਦਿਆਣਾ ਮਾਛੀਵਾੜਾ ਸਾਹਿਬ। ਸਾਫ ਹੁੰਦਾ, ਬਰਸਾਤ ਹੁੰਦੀ ਆ ਤੇ ਫਿਰ ਫਰਕ ਤਾਂ ਪੈਂਦਾ ਹੀ ਆ। ਤਾਂ ਹਰ ਇੱਕ ਰੁੱਖ ਲਗਾਉਣ ਦੇ ਲਈ ਅਸੀਂ ਕਹਿ ਰਹੇ ਹਾਂ ਕਿ ਰੁੱਖ ਲਗਾਉਣ ਦੇ ਨਾਲ ਫਰਕ ਪੈਂਦਾ, ਔਰ ਰੁੱਖ ਲਗਾਉਣ ਦੀ ਵੀਡੀਓ ਤੁਸੀਂ ਸਾਨੂੰ ਜ਼ਰੂਰ ਭੇਜੋ।